ਹੈਲੋ ਬੱਚਿਓ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਨਾ ਬੇਟੇ ਮੈਂ ਤੁਹਾਡੀ ਰੀਨੂ ਮੈਂ ਤੇ ਮੈਂ ਤੁਹਾਡਾ ਵੈਲਕਮ ਕਰਦੀ ਹਾਂ ਬੇਟੇ ਆਪਣੀ ਇੰਗਲਿਸ਼ ਦੀ ਕਲਾਸ ਦੇ ਵਿੱਚ ਤੇ ਸਕੂਲ ਦੇ YouTube ਚੈਨਲ ਦੇ ਸਮਾਰਟ ਸਕੂਲ ਤੇ ਤੁਹਾਨੂੰ ਪਤਾ ਹੈ ਨਾ ਕਿ ਹੁਣ ਆਪਾਂ ਕੰਪੋਜੀਸ਼ਨ ਦੀਆਂ ਕਲਾਸਿਸ ਤੇ ਗ੍ਰਾਮਰ ਦੀਆਂ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਨੇ ਅ ਜਿਵੇਂ ਕਿ ਆਪਾਂ ਆਪਣੀ ਲਾਸਟ ਕੰਪੋਜੀਸ਼ਨ ਦੀ ਕਲਾਸ ਦੇ ਵਿੱਚ ਗੁੱਡ ਮੈਨਰਸ ਬਾਰੇ ਪੜਿਆ ਸੀ ਬੇਟੇ ਤੇ ਅੱਜ ਜਿਹੜੇ ਟਾਪਿਕ ਬਾਰੇ ਆਪਾਂ ਪੜਨ ਜਾ ਰਹੇ ਹਾਂ ਬੇਟੇ ਉਹ ਬਹੁਤ ਹੀ ਕਰੰਟ ਟਾਪਿਕ ਹੈ ਤੁਸੀਂ ਸਾਰੇ ਉਹਨੂੰ ਬਹੁਤ ਫਾਲੋ ਕਰਦੇ ਹੋ ਤੇ ਉਹ ਟਾਪਿਕ ਹੈ ਬੇਟੇ ਫੈਸ਼ਨ ਹਾਂਜੀ ਬੇਟੇ ਤਾਂ ਫੈਸ਼ਨ ਬਾਰੇ ਸੁਣ ਕੇ ਇੱਕ ਵਾਰੀ ਤਾਂ ਖੁਸ਼ ਹੋ ਗਏ ਹੋਣੇ ਤੁਸੀਂ ਹੈਨਾ ਤਾਂ ਆਪਾਂ ਅੱਜ ਪੜਨ ਜਾ ਰਹੇ ਹਾਂ ਬੇਟੇ ਫੈਸ਼ਨ ਬਾਰੇ ਫੈਸ਼ਨ ਕੀ ਚੀਜ਼ ਹੈ ਤਾਨੂੰ ਸਭ ਨੂੰ ਹੀ ਪਤਾ ਹੈ ਕਿ ਫੈਸ਼ਨ ਕੀ ਚੀਜ਼ ਹੈ ਲੇਕਿਨ ਵਿਦਾਊਟ ਵੇਸਟਿੰਗ ਐਨੀ ਟਾਈਮ ਚਲੋ ਪੜਦੇ ਆਂ ਫਿਰ ਹਾਂਜੀ ਬੇਟੇ ਅ ਦਿ ਸਟੂਡੈਂਟਸ ਆਰ ਆਲਵੇਸ ਵੈਰੀ ਫੌਂਡ ਆਫ ਫੈਸ਼ਨ ਸਟੂਡੈਂਟਸ ਵਿਦਿਆਰਥੀ ਆਲਵੇਸ ਮਤਲਬ ਹਮੇਸ਼ਿਆ ਫੌਂਡ ਆਫ ਮਤਲਬ ਸ਼ੌਕੀਨ ਹੋਣਾ ਬੇਟੇ ਫੌਂਡ ਆਫ ਸ਼ੌਕੀਨ ਹੋਣਾ ਕਹਿੰਦਾ ਕਿ ਇਹ ਵਿਦਿਆਰਥੀ ਹੁੰਦੇ ਆ ਨਾ ਉਹ ਹਮੇਸ਼ਿਆ ਹੀ ਫੈਸ਼ਨ ਦੇ ਬਹੁਤ ਸ਼ੌਕੀਨ ਹੁੰਦੇ ਆ ਹਮੇਸ਼ਾ ਹੀ ਬਹੁਤ ਜ਼ਿਆਦਾ ਸ਼ਕੀਨ ਹੁੰਦੇ ਆ ਤੁਸੀਂ ਵੀ ਉਹ ਨਾ ਓਕੇ ਦੇ ਜਸਟ ਕਾਪੀ ਦਾ ਐਕਟਰਸ ਐਂਡ ਐਕਟ੍ਰੈਸਿਸ ਬੇਟੇ ਦੇ ਜਸਟ ਕਾਪੀ ਕਾਪੀ ਮਤਲਬ ਹੁੰਦਾ ਟੋਟਲੀ ਨਕਲ ਕਰਨਾ ਵਿੱਚ ਜਿਸ ਤਰੀਕ ਆਪਾਂ ਅੱਜ ਕੱਲ ਬਹੁਤ ਜ਼ਿਆਦਾ ਯੂਜ਼ ਕਰਦੇ ਆ ਨਾ ਮੋਬਾਈਲਸ ਵਿੱਚ ਕੰਪਿਊਟਰਸ ਦੇ ਵਿੱਚ ਕਾਪੀ ਪੇਸਟ ਕਾਪੀ ਪੇਸਟ ਦਾ ਮਤਲਬ ਕੀ ਹੁੰਦਾ ਸੇਮ ਟੂ ਸੇਮ ਉਸੇ ਤਰਾਈਂ ਤਾਂ ਦੇ ਜਸਟ ਕਾਪੀ ਦਾ ਐਕਟਰਸ ਐਂਡ ਐਕਟ੍ਰੈਸਸ ਉਹ ਐਕਟਰਸ ਤੇ ਐਕਟ੍ਰੈਸਸ ਦੀ ਤਰ੍ਹਾਂ ਜੋ ਫਿਲਮਾਂ ਦੇ ਐਕਟਰ ਹੁੰਦੇ ਆ ਉਹਨਾਂ ਦੇ ਵਾਂਗੂ ਜਿਹੜੇ ਨਾਇਕ ਤੇ ਨਾਇਕਾਈਆਂ ਵਾਂਗੂ ਉਹਨਾਂ ਵਾਂਗੂ ਕਾਪੀ ਕਰਨਾ ਚਾਹੁੰਦੇ ਆ ਉਹਨਾਂ ਵਾਂਗੂ ਟੋਟਲੀ ਬੰਨਣਾ ਚਾਹੁੰਦੇ ਆ ਇਨ ਫੈਕਟ ਇਨ ਫੈਕਟ ਕੀ ਹੁੰਦਾ ਬੇਟੇ ਅਸਲ ਦੇ ਵਿੱਚ ਇਨ ਫੈਕਟ ਸਮ ਆਫ ਥੈਮ ਜਸਟ ਵਾਚ ਦਾ ਮੂਵੀਜ਼ only for this reason wow tusi vi bilkul ais tarah de ho in fact some of them just watch the movies asal de vichon unna choh kujh ta eh ho je hunde hai matlab kujh vidyarthi eh ho je hunde hai jehde ke just watch the movies jehde sirf movies kyon dekhn jande hai ਓਨਲੀ ਫਾਰ ਥਿਸ ਰੀਜ਼ਨ ਰੀਜ਼ਨ ਮੈਨੇ ਕਾਰਨ ਸਿਰਫ ਇਸ ਕਾਰਨ ਕਰਕੇ ਦੇਖਣ ਜਾਂਦੇ ਆ ਵੀ ਜਿਹੜਾ ਨਵਾਂ ਨਵੀਂ ਪਿਕਚਰ ਆਈ ਆ ਉਹਦੇ ਵਿੱਚ ਐਕਟਰ ਕਿਹੋ ਜਿਹਾ ਲੱਗਦਾ ਜਾਂ ਐਕਟ੍ਰੈਸ ਕਿਸ ਤਰ੍ਹਾਂ ਦੀ ਲੱਗਦੀ ਆ ਉਹਨਾਂ ਦੇ ਹੇਅਰ ਕਿਸ ਤਰ੍ਹਾਂ ਦੇ ਆ ਜਾਂ ਉਹਨੇ ਕੱਪੜੇ ਕਿਸ ਤਰ੍ਹਾਂ ਦੇ ਪਹਿਨੇ ਆ ਐਂਡ ਸੋ ਔਨ ਓਕੇ ਬੇਟੇ देयर इज अ कंपटीशन अमंग देम फॉर दिस देयर इज अ कंपटीशन अमंग देम फॉर दिस कंपटीशन ਕੀ ਹੁੰਦਾ ਹੈ ਮੁਕਾਬਲਾ ਅਮੰਗ ਮੈਨੇ ਉਹਨਾਂ ਸਾਰਿਆਂ ਵਿਚਕਾਰ ਇੱਕ ਹੁੰਦਾ ਹੈ ਬਿਟਵੀਨ ਬਿਟਵੀਨ ਹੁੰਦਾ ਦੋ ਜਣਿਆਂ ਦੇ ਵਿਚਕਾਰ ਅਮੰਗ ਹੁੰਦਾ ਬਹੁਤ ਸਾਰਿਆਂ ਦੇ ਵਿਚਕਾਰ ਥੇਅਰ ਇਜ਼ ਅ ਕੰਪੀਟੀਸ਼ਨ ਅਮੰਗ ਥੈਮ ਫਾਰ ਥਿਸ ਉਹਨਾਂ ਦੇ ਵਿੱਚ ਇਸ ਗੱਲ ਲਈ ਮੁਕਾਬਲਾ ਹੁੰਦਾ ਹੈ ਹਾਂਜੀ ਬੇਟੀ ਤਾਂ ਆਨ ਸਟੂਡੈਂਟਸ ਦੇ ਵਿੱਚ ਮੁਕਾਬਲਾ ਹੁੰਦਾ ਕਿ ਪਿਕਚਰ ਦੇਖਣ ਜਾਈਏ ਮੂਵੀ ਦੇਖਣ ਜਾਈਏ ਪਹਿਲਾਂ ਦੇਖਣ ਜਾਈਏ ਤੇ ਹੀਰੋਜ਼ ਤੇ ਹੀਰੋਇਨਸ ਵਾਂਗੂ ਲੱਗਣ ਦੀ ਮਤਲਬ ਉਹ ਟਰਾਈ ਕਰ ਦਿਆ ਉਸ ਤਰ੍ਹਾਂ ਦੇ ਕੱਪੜੇ ਪਹਿਨਦੇ ਆ ਐਂਡ ਚਲੋ ਅੱਗੇ ਪੜ੍ਹਦੇ ਆ ਦਾ ਹੈਲਥ ਕਲੱਬਸ beauty parlors and trendy boutiques are increasing in numbers health clubs health club matlab gym jithe jimming karne liye jande hai na boys even girls also jede health club hunde hai ਬਿਊਟੀ ਪਾਰਲਰ ਤੁਹਾਨੂੰ ਸਭ ਨੂੰ ਪਤਾ ਹੈ ਸੈਲੂਨਸ ਹੈ ਖੂਬਸੂਰਤੀ ਵਾਸਤੇ ਖੂਬਸੂਰਤ ਬਨਣ ਵਾਸਤੇ ਖੁੱਲੇ ਹੋਏ ਐ ਐਂਡ ਟ੍ਰੈਂਡੀ ਬੁਟੀਕਸ ਬੁਟੀਕਸ ਮੈਨੇ ਜਿੱਥੇ ਆਪਾਂ ਨੂੰ ਬੜੇ ਡਿਜ਼ਾਈਨਰ ਕਲੋਥਸ ਮਿਲਦੇ ਐ ਡ्रेसेस ਮਿਲਦੀਆਂ ਐ ਟ੍ਰੈਂਡੀ ਮਤਲਬ ਟ੍ਰੈਂਡ ਕਿਨੂੰ ਕਹਿੰਦੇ ਐ ਟ੍ਰੈਂਡ ਹੁੰਦਾ ਜੋ ਅੱਜਕੱਲ ਚੱਲ ਰਿਹਾ ਹੁੰਦਾ ਠੀਕ ਐ ਤਾਂ ਉਸ ਤਰ੍ਹਾਂ ਦੇ ਕੱਪੜੇ ਜਿੱਥੋਂ ਮਿਲਦੇ ਆ ਉਹਨੂੰ ਟ੍ਰੈਂਡੀ ਬੁਟੀਕ ਕਹਿੰਦੇ ਆ ਆ ਆਰ ਇਨਕਰੀਜ਼ਿੰਗ ਇਨ ਨੰਬਰਸ ਮਤਲਬ ਕਿ ਸਾਰੇ ਗਿਣਤੀ ਵਿੱਚ ਵੱਧ ਰਹੇ ਹਨ ਇਨਕਰੀਜ਼ਿੰਗ ਮੈਨੇ ਵਧਣਾ ਮਤਲਬ ਹੈਲਥ ਕਲੱਬ ਵੀ ਬਿਊਟੀ ਪਾਰਲਰਸ ਵੀ ਤੇ ਜਿਹੜੇ ਟ੍ਰੈਂਡੀ ਬੁਟੀਕਸ ਐ ਇਹ ਸਾਰੇ ਜਿਹੜੇ ਆ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਹੁਣ ਸੋਚਣ ਦੀ ਗੱਲ ਹੈ ਨਾ ਮੈਂ ਇਹਨਾਂ ਦੀ ਗਿਣਤੀ ਕਿਉਂ ਵੱਧ ਰਹੀ ਆ ਕਿਉਂਕਿ ਦੇਖੋ ਜਿਹੜੇ ਬॉयਜ਼ ਆ ਉਹ ਹੀਰੋਜ਼ ਵਾਂਗੂ ਲੱਗਣਾ ਚਾਹੁੰਦੇ ਆ ਬਾਡੀ ਬਣਾਉਣਾ ਚਾਹੁੰਦੇ ਆ ਉਹ ਵੀ ਫੈਸ਼ਨ ਟੀ ਆ ਜਾਂਦੀ ਆ ਇਸ ਕਰਕੇ ਹੈਲਥ ਕਲੱਬ ਜਾਂਦੇ ਆ ਖੂਬਸੂਰਤ ਦਿਖਣਾ ਚਾਹੁੰਦੇ ਆ ਸਿਰਫ ਗਰਲਸ ਨਹੀਂ ਬॉयਜ਼ ਵੀ ਐਸ ਤਰ੍ਹਾਂ ਕਰ ਦਿਆ ਕਿ ਪਾਰਲਰਸ ਚ ਜਾਂਦੇ ਆ ਸੈਲੂਨ ਚ ਜਾਂਦੇ ਆ ਉਹਨਾਂ ਨੂੰ ਡਿਜ਼ਾਈਨਰ ਕੱਪੜੇ ਚਾਹੀਦੇ ਹੁੰਦੇ ਆ ਚਾਹੇ ਉਹ ਕੋਸਟਲੀ ਹੋਣ ਚਾਹੇ ਜਿਸ ਤਰ੍ਹਾਂ ਦੇ ਮਰਜੀ ਲੇਕਿਨ ਉਹ ਕਾਪੀ ਕਰਨਾ ਚਾਹੁੰਦੇ ਆ ਹੀਰੋਜ਼ ਹੀਰੋਇਨਸ ਨੂੰ ਤੇ ਇਸ ਕਰਕੇ ਉਹ ਡਿਜ਼ਾਈਨਰ ਕਲੋਥਸ ਖਾਂਦੇ ਆ ਇਸ ਲਈ ਇਹਨਾਂ ਸਾਰਿਆਂ ਦੀ ਗਿਣਤੀ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਬੇਟੇ ਐਂਡ ਅਗੇ ਕਿ ਲਾਟਸ ਆਫ એનર્ਜੀ ਐਂਡ ਮਨੀ ਆਰ ਕੰਜ਼ਿਊਮਡ অর ਵੇਸਟਿਡ in this field lots of mene bahut zyada energy mene urja money mene paisa are consumed consume hunda kisi cheez nu vartna bete ta kende bahut zyada jehdi energy urja te paisa jehda waste hunda kharch hunda in this field is khetar de vich matlab fashion wale tu so, socho na ਕਈ ਵਾਰੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਹੋਗੇ ਬੱਚੇ ਆਮ ਤੌਰ ਤੇ ਕਰ ਦਿਆ ਕਿ ਅਸੀਂ ਇਹ ਡਰੈਸ ਲੈਣੀ ਹੀ ਲੈਣੀ ਹੈ ਤਾਂ ਇਸ ਕਰਕੇ ਉਹ ਪੇਰੈਂਟਸ ਉਹਨਾਂ ਨੂੰ ਪੈਰੈਂਟਸ ਤੋਂ ਪੈਸੇ ਮੰਗਦੇ ਆ ਤਾਂ ਇਸ ਤਰੀਕੇ ਦੇ ਨਾਲ ਜਦੋਂ ਉਹ ਪੈਸੇ ਤਾਂ ਵੇਸਟ ਹੁੰਦੇ ਹੀ ਹੁੰਦੇ ਆ ਨਾਲ ਹੀ ਜਦੋਂ ਉਹ ਇਸ ਤਰੀਕੇ ਨੂੰ ਕਾਪੀ ਕਰਨਾ ਚਾਹੁੰਦੇ ਆ ਕਿ ਮੈਂ ਇਸ ਤਰ੍ਹਾਂ ਦੇ హెయిਰ ਬਣਾਉਣੇ ਆ ਜਾਂ ਕੁਝ ਵੀ ਆ ਤਾਂ ਬਹੁਤ ਸਾਰਾ ਟਾਈਮ ਵੀ ਇੱਥੇ ਵੇਸਟ ਕਰ ਦਿੰਦੇ ਆ ਆਪਦੀ ਊਰਜਾ ਵੀ ਵੇਸਟ ਕਰ ਦਿਆ ਜਿਸ ਟਾਈਮ ਨੂੰ ਉਹ ਜਾਂ ਜਿਸ ਪੈਸੇ ਨੂੰ ਉਹ ਕਿਸੇ ਹੋਰ ਯੂਸਫੁਲ ਕੰਮ ਲਈ ਯੂਜ਼ ਕਰ ਸਕਦੇ ਸੀ ਬੇਟੇ ਬੋਇਸ ਵਾਂਟ ਟੂ ਲੁੱਕ ਲਾਈਕ ਹੀਰੋਸ ਐਂਡ ਗਰਲਸ ਲਾਈਕ ਹੀਰੋਇਨਸ ਕਹਿੰਦਾ ਕਿ ਜਿਹੜੇ ਬੋਇਸ ਹੈ ਨਾ ਉਹ ਕਿੰਨਾ ਵਾਂਗੂ ਲੱਗਣਾ ਚਾਹੁੰਦੇ ਆ ਹੀਰੋਸ ਵਾਂਗੂ ਲੱਗਣਾ ਚਾਹੁੰਦੇ ਆ ਫਿਲਮਾਂ ਦੇ ਹੀਰੋ ਵਾਂਗੂ ਐਂਡ ਗਰਲਸ ਲਾਈਕ ਹੀਰੋਇਨਸ ਤੇ ਕੁੜੀਆਂ ਕਿਦੇ ਵਾਂਗੂ ਲੱਗਣਾ ਚਾਹੁੰਦੀਆਂ ਨੇ ਹੀਰੋਇਨਸ ਵਰਗੇ ਲੱਗਣਾ ਚਾਹੁੰਦੀਆਂ ਨੇ ਵੀ ਅਸੀਂ ਇੰਨੇ ਹੀ ਸੋਹਣੇ ਲੱਗੀਏ ਅਸੀਂ ਇੰਨੇ ਹੀ ਟ੍ਰੈਂਡੀ ਲੱਗੀਏ ਠੀਕ ਹੈ ਇਸ ਕਰਕੇ ਉਹ ਆਪਦੇ ਹਰ ਯਤਨ ਕਰਦੇ ਨੇ ਉਹੋ ਜੇ ਲੱਗਣ ਵਾਸਤੇ ਦੇ ਆਲਸੋ ਵੇਸਟ ਲੋਟਸ ਆਫ ਟਾਈਮ ਐਂਡ ਮਨੀ ਇਨ ਸਟਾਈਲਿੰਗ देयर ਹੇਅਰ ਇਹ ਤਾਂ ਸ਼ੋਰ ਗੱਲ ਹੈ ਬੇਟੇ ਅੱਜ ਕੱਲ ਦੀ ਕਿ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਹੇਅਰ ਸਟਾਈਲਸ ਤੇ ਐਕਸਪੈਰੀਮੈਂਟ ਕਰਦੇ ਆ ਹੇਅਰ ਕਲਰ ਕਰਦੇ ਆ ਜੈਲ ਯੂਜ਼ ਕਰਦੇ ਆ ਹੇਅਰ ਸਟਾਈਲਿੰਗ ਕਰਦੇ ਆ ਐਂਡ ਬਹੁਤ ਸਾਰਾ ਟਾਈਮ ਜਿਹੜਾ ਮਿਰਰ ਸਾਹਮਣੇ ਵੇਸਟ ਕਰਦੇ ਆ ਸ਼ੀਸ਼ੇ ਸਾਹਮਣੇ ਵੇਸਟ ਕਰਦੇ ਆ दे आल्सो वेस्ट लॉट्स ऑफ टाइम एंड मनी इन स्टाइलिंग देयर हेयर ओ अपना बहुत सारा समय अते पैसा जेड़ा है ਵਾਲ ਬਣਾਉਣ ਚ ਵਾਲਾਂ ਦੇ ਸਟਾਈਲ ਬਣਾਉਣ ਵਿੱਚ ਖਰਚ ਕਰਦੇ ਆ ਸਮਝ ਆ ਰਹੀ ਹੈ ਨਾ ਬੇਟੇ ਜੇ ਸਮਝ ਆ ਰਹੀ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਦੇ ਜੇ ਬੇਟੇ ਤੇ ਲਾਈਕ ਵੀ ਕਰਿਆ ਜੇ ਵੀਡੀਓ ਨੂੰ ਤੇ ਕਮੈਂਟ ਵੀ ਕਰਿਆ ਜੇ ਚਲੋ ਅੱਗੇ ਕਰਦੇ ਆ ਆਪਾਂ ਹਾਂਜੀ ਬੇਟੇ ਤਾਂ देयर इज ਨਾਥਿੰਗ ਰੋਂਗ ਇਨ ਲੁਕਿੰਗ ਸਮਾਰਟ ਐਂਡ ਬਿਊਟੀਫੁਲ ਕਿੰਦੇ ਖੂਬਸੂਰਤ ਤੇ ਬੱਤ ਸੋਹਣੇ ਲੱਗਣਾ ਵਧੀਆ ਲੱਗਣਾ ਇਹਦੇ ਚ ਕੁਝ ਗਲਤ ਨਹੀਂ ਹੈ ਹਰ ਕੋਈ ਸੋਹਣਾ ਲੱਗਣਾ ਚਾਹੁੰਦਾ ਬੇਟੇ ਹਰ ਕੋਈ ਚਾਹੁੰਦਾ ਕਿ ਮੈਂ ਖੂਬਸੂਰਤ ਲੱਗਾ ਤੇ ਇਹਦੇ ਚ ਕੁਝ ਗਲਤ ਤਾਂ ਬਿਲਕੁਲ ਵੀ ਨਹੀਂ ਹੈ ਕਿ ਜੇ ਮੈਂ ਖੂਬਸੂਰਤ ਲੱਗਣਾ ਚਾਹੁੰਦੀ ਆ ਤਾਂ ਮੈਨੂੰ ਖੂਬਸੂਰਤ ਲੱਗਣ ਦਾ ਮੇਰਾ ਅਧਿਕਾਰ ਹੈ ਮੇਰਾ ਹੱਕ ਹੈ ਕਿ ਮੈਂ ਖੂਬਸੂਰਤ ਲੱਗਾ ਮੈਂ ਸਮਾਰਟ ਲੱਗਾ ਬਟ ਟੂ ਕਿਲ 올 ਦਾ ਟਾਈਮ ਐਂਡ એનર્ਜੀ ਇਨ ਫੈਸ਼ਨ ਓਨਲੀ ਇਜ਼ ਨਾਟ ਅ ਗੁੱਡ ਥਿੰਗ ਬਟ ਟੂ ਕਿਲ অর ਟੂ ਕਿਲ ਵੈਸੇ ਤਾਂ ਮਾਰਨਾ ਹੁੰਦਾ ਹੈ ਵੀ ਕਿਸੇ ਨੂੰ ਮਾਰਨਾ ਟੂ ਕਿਲ ਜਾਨ ਤੋਂ ਮਾਰਨਾ ਲੇਕਿਨ ਇੱਥੇ ਆਪਾਂ ਕਿਸ ਕੰਟੈਕਸਟ ਵਿੱਚ ਯੂਜ਼ ਕਰਾਂਗੇ ਬਟ ਟੂ ਕਿਲ ਆਲ ਦਾ ਟਾਈਮ ਐਂਡ એનર્ਜੀ ਇਨ ਫੈਸ਼ਨ ਓਨਲੀ ਇਜ਼ ਨਾਟ ਅ ਗੁੱਡ ਥਿੰਗ ਲੇਕਿਨ ਆਪ ਦਾ ਸਾਰਾ ਸਮਾਂ ਅਤੇ ਊਰਜਾ ਸਿਰਫ ਤੇ ਸਿਰਫ ਫੈਸ਼ਨ ਵਿੱਚ ਹੀ ਵੇਸਟ ਕਰ ਦੇਣਾ ਇੱਥੇ ਆਪਾਂ ਕਿਲ ਨੂੰ ਇਹੀ ਕਵਾਂਗੇ ਖਤਮ ਕਰ ਦੇਣਾ ਇਸ ਨਾਟ ਅ ਗੁੱਡ ਥਿੰਗ ਚੰਗੀ ਗੱਲ ਨਹੀਂ ਹੈ ਮਤਲਬ ਆਪਣਾ ਪੈਸਾ ਵੀ ਤੁਸੀਂ ਫੈਸ਼ਨ ਤੇ ਖਰਚ ਕਰ ਦੋ ਤੇ ਆਪਣੀ ਸਾਰੀ એનર્ਜੀ ਵੀ ਤਾਂ ਫਿਰ ਕੋਈ ਚੰਗੀ ਗੱਲ ਤਾਂ ਨਹੀਂ ਹੈ ਨਾ ਜੇਕਰ ਤੁਹਾਨੂੰ ਟਾਈਮ ਮਿਲਿਆ ਹੋਇਆ ਤੁਸੀਂ ਸਟੂਡੈਂਟ ਹੋ ਜੇਕਰ ਤੁਸੀਂ ਆਪਣਾ ਸਮਾਂ ਤੇ ਆਪਣਾ ਪੈਸਾ ਜੋ ਕੁਝ ਵੀ ਤੁਹਾਡੇ ਕੋਲ ਹੈ ਜੇ ਤੁਸੀਂ ਫੈਸ਼ਨ 'ਚ ਹੀ ਲੱਗੇ ਰਹੋਗੇ ਤਾਂ ਤੁਸੀਂ ਆਪਣੇ ਕੈਰੀਅਰ ਬਾਰੇ ਸਟੱਡੀ ਬਾਰੇ ਨਹੀਂ ਸੋਚ ਸਕਦੇ ਫਾਰ ਸਟੂਡੈਂਟਸ ਸਟੱਡੀ ਇਜ਼ ਦਾ ਮੋਸਟ ਇੰਪੋਰਟੈਂਟ ਫਾਰ स्टूडेंट्स स्टडी इज़ द मोस्ट इंपॉर्टेंट विद्यार्थियों के लिए सब तो महत्वपूर्ण की है बेटे पढ़ाई स्टडी इज़ द मोस्ट इंपॉर्टेंट थोड़े लिए सब तो इम्पोर्टेंट की है पढ़ाई द मॉरल मैंटल एंड स्पिरिचुअल डिवेलपमेंट शुड ऑलसो बी टेकन केयर ऑफ द मॉरल मॉरल की होंगी बेटे नैथिक नैथिक मतलब जो सा ਬਿਹੇਵੀਅਰ ਨਾਲ ਸਾਡੇ ਕਰੈਕਟਰ ਨਾਲ ਜੁੜੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਚੰਗੇ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਲਾਸਟ ਪੈਰਾਗ੍ਰਾਫ ਜਿਹੜਾ ਕਰਵਾਇਆ ਸੀ ਉਹ ਕੀ ਕਰਵਾਇਆ ਸੀ ਤੁਹਾਨੂੰ ਮੈਂ ਗੁੱਡ ਮੈਨਰਸ ਵਾਲਾ ਤਾਂ ਗੁੱਡ ਮੈਨਰ ਜਿਨ੍ਹਾਂ ਕੋਲ ਹੁੰਦੇ ਆ ਉਹਨਾਂ ਦੀ ਜਿਹੜੀ ਮੋਰੈਲਿਟੀ ਹੈ ਉਹ ਸਟਰੋਂਗ ਹੁੰਦੀ ਹੈ ਠੀਕ ਹੈ ਤਾਂ ਦ ਮੋਰਲ 멘ਟਲ 멘ਟਲ ਮਤਲਬ ਮਾਨਸਿਕ ਮਾਨਸਿਕ ਮਤਲਬ ਦਿਮਾਗ ਨਾਲ ਜੁੜੀ ਹੋਈ ਗੱਲ ਐਂਡ ਸਪਿਰਚੁਅਲ ਸਪਿਰਚੁਅਲ ਮੈਨੇ ਅਧਿਆਤਮਿਕ ਜਦੋਂ ਆਪਾਂ ਅੰਦਰੋਂ ਸੋਚਦੇ ਆ ਆਪਾਂ ਨੂੰ ਗਿਆਨ ਹੁੰਦਾ ਹੈ ਚੰਗਾ ਤਾਂ ਇਟ ਮੀਨਸ ਸਿਰਫ ਫੈਸ਼ਨ ਬਾਰੇ ਨਹੀਂ ਸੋਚਣਾ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਕਾਦੇ ਬਾਰੇ ਸੋਚਣਾ ਤੁਸੀਂ ਕਾਦਾ ਡਵੈਲਪਮੈਂਟ ਕਰਨੀ ਹੈ ਕਾਦੇ ਡਵੈਲਪਮੈਂਟ ਕਰਨੀ ਹੈ ਬੇਟੇ ਮੋਰਲ ਵੈਲਿਊਜ਼ ਦੀ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਮੈਂਟਲ ਵੈਲਿਊਜ਼ ਹੋਣੀਆਂ ਚਾਹੀਦੀਆਂ ਸਪਿਰਚੁਅਲ ਵੈਲਿਊਜ਼ ਹੋਣੀਆਂ ਚਾਹੀਦੀਆਂ ਤੁਹਾਡੇ ਅੰਦਰ ਨੈਤਿਕਤਾ ਹੋਣੀ ਚਾਹੀਦੀ ਹੈ ਚੰਗੀ ਮਾਨਸਿਕਤਾ ਹੋਣੀ ਚਾਹੀਦੀ ਹੈ ਤੇ ਚੰਗੀ ਅਧਿਆਤਮਿਕਤਾ ਵੀ ਹੋਣੀ ਚਾਹੀਦੀ ਹੈ ਤਾਂ ਮਤਲਬ ਕਹਿੰਦਾ ਇਹ ਵੈ ਕਿ ਸਟੂਡੈਂਟ ਨੂੰ ਆਪਣਾ ਜਿਹੜਾ ਟਾਈਮ ਲੈਟ ਸਟੂਡੈਂਟ ਲਾਈਫ ਸ਼ੁਡ ਬੀ ਸਿੰਪਲ ਬੱਚਿਆਂ ਦੀ ਜਿਹੜੀ ਸਟੂਡੈਂਟਸ ਦੀ ਜਿਹੜੀ ਲਾਈਫ ਆ ਸਿੰਪਲ ਹੋਣੀ ਚਾਹੀਦੀ ਆ ਉਹਨਾਂ ਨੂੰ ਆਪਣੀ ਮੋਰੈਲਿਟੀ ਤੇ ਧਿਆਨ ਦੇਣਾ ਚਾਹੀਦਾ ਹੈ ਨੈਤਿਕਤਾ ਨੂੰ ਸੋਨਾ ਬਣਾਉਣ ਵਿੱਚ ਮੈਂਟਲ ਜਿਹੜਾ ਲੈਵਲ ਜਿਹੜਾ ਅਪਗ੍ਰੇਡ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਬੁੱਕਸ ਪੜ੍ਹਣੀਆਂ ਚਾਹੀਦੀਆਂ ਚੰਗੀਆਂ ਠੀਕ ਹੈ ਚੰਗਾ ਸਟੱਡੀ ਮਟੀਰੀਅਲ ਕਰਨਾ ਚਾਹੀਦਾ ਹੈ ਐਂਡ ਸਪਿਰਚੁਅਲ ਡਿਵੈਲਪਮੈਂਟ ਤੇ ਅਧਿਆਤਮਿਕ ਜਿਹੜੀ ਹੈ ਉਹ ਨਤੀ ਕਰਨੀ ਚਾਹੀਦੀ ਹੈ ਵਿਕਾਸ ਕਰਨਾ ਚਾਹੀਦਾ ਹੈ ਸ਼ੁੱਡ ਆਲਸੋ ਬੀ ਟੇਕਨ ਕੇਅਰ ਆਫ ਇਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮਤਲਬ ਤੁਸੀਂ ਫੈਸ਼ਨ ਪਿੱਛੇ ਇੰਨੇ ਮੈਡ ਨਹੀਂ ਹੋ ਜਾਣਾ ਬੇਟੇ ਤੁਸੀਂ ਫੈਸ਼ਨ ਪਿੱਛੇ ਇੰਨੇ ਮੈਡ ਇੰਨੇ ਪਾਗਲ ਨਹੀਂ ਹੋ ਜਾਣਾ ਕਿ ਤੁਸੀਂ ਆਪਦੀ ਸਟੱਡੀ ਦੀ ਕਾਸਟ ਤੇ ਆਪਦੀ ਮੋਰੈਲਿਟੀ ਦੀ ਕਾਸਟ ਤੇ ਜਾਂ ਆਦੇ ਮੈਂਟਲ ਲੈਵਲ ਦੇ ਕਾਸਟ ਤੇ ਜਾਂ ਸਪਿਰਚੁਅਲ ਲੈਵਲ ਦੇ ਕਾਸਟ ਤੇ ਆਪਣਾ ਟਾਈਮ ਵੀ ਵੇਸਟ ਕਰੋ ਆਪਣੀ ਮਨੀ ਵੀ ਵੇਸਟ ਕਰੋ ਆਦੀ એનર્ਜੀ ਵੀ ਵੇਸਟ ਕਰੋ ਤਾਂ ਬੇਟੇ ਤੁਸੀਂ ਮੇਰੀ ਗੱਲ ਨੂੰ ਮੰਨਣਾ ਹੈ ਧਿਆਨ ਚ ਰੱਖਣਾ ਜੋ ਮੈਂ ਗੱਲਾਂ ਕਹੀਆਂ ਨੇ ਕਿ ਫੈਸ਼ਨ ਦਾ ਮਤਲਬ ਬਿਲਕੁਲ ਵੀ ਇਹ ਨਹੀਂ ਹੈਗਾ ਕਿ ਤੁਸੀਂ ਲੋਟਸ ਆਫ ਮਨੀ ਵੇਸਟ ਕਰੋ ਤੇ ਲੋਟਸ ਆਫ ਟਾਈਮ ਐਂਡ એનર્ਜੀ ਵੇਸਟ ਕਰੋ ਜਿਹੜਾ ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹਨੀ ਆ ਕਿ ਜਿਹੜਾ ਫਲਾਰ ਹੁੰਦਾ ਨਾ ਫੁੱਲ ਜਿਹੜਾ ਹੁੰਦਾ ਫੁੱਲ ਖੂਬਸੂਰਤ ਹੀ ਹੁੰਦਾ ਫੁੱਲ ਨੂੰ ਕੱਟਣਾ ਵੜਨਾ ਨਹੀਂ ਪੈਂਦਾਗਾ ਫੁੱਲ ਕੋਈ ਫੈਸ਼ਨ ਥੋੜੀ ਕਰਦਾ ਸੋਨਾ ਬਨਣ ਵਾਸਤੇ ਖੁਲਤਾ ਆਪਦੇ ਆਪ ਹੀ ਸੋਨਾ ਹੁੰਦਾ ਉਸ ਤਰ੍ਹਾਂ ਜਿਹੜੇ ਸਟੂਡੈਂਟਸ ਜੇ ਤੁਸੀਂ ਬੱਚੇ ਹੋ ਨਾ ਤੁਸੀਂ ਵੀ ਆਪਦੀ ਆਪ ਚੀਜ਼ ਸੋਹਣੇ ਹੋ ਬੇਟੇ ਤੁਹਾਨੂੰ ਵੀ ਕਿਸੇ ਫੈਸ਼ਨ ਦੀ ਲੋੜ ਨਹੀਂ ਹੈ ਠੀਕ ਹੈ ਬੇਟੇ ਤਾਂ ਉਮੀਦ ਕਰਦੀ ਆ ਤੁਹਾਨੂੰ ਮੇਰਾ ਟਾਪਿਕ ਸਮਝ ਆਇਆ ਹੋਊਗਾ ਤੇ ਤੁਸੀਂ ਸਾਰੇ ਵਰਡ मीनिंग ਵੀ ਲਿਖ ਲਏ ਹੋਣਗੇ ਲਰਨ ਵੀ ਕਰਿਆ ਕਰੋ ਠੀਕ ਹੈ ਤੇ ਇਹਨਾਂ ਸਪੈਲਿੰਗਸ ਨੂੰ ਬੋਲ ਕੇ ਲਿਖਣਾ ਵੀ ਹੈ ਯਾਦ ਵੀ ਕਰਨਾ ਹੈਗਾ ਠੀਕ ਹੈ ਪੈਰਾਗ੍ਰਾਫ ਨੂੰ ਵੀ ਲਰਨ ਕਰਨਾ ਹੈ ਤੇ ਜਿਹੜੀਆਂ ਗੱਲਾਂ ਮੈਂ ਸਮਝਾਈਆਂ ਨੇ ਉਹਨਾਂ ਨੂੰ ਅਪਣਾਉਣਾ ਵੀ ਹੈ ਬੇਟੇ ਚੈਨਲ ਸਬਸਕ੍ਰਾਈਬ ਕਰਨਾ ਹੈ ਪਲੇਲਿਸਟ ਟੂ ਇਟ ਆਪਣੀਆਂ ਗ੍ਰਾਮਰ ਦੀਆਂ ਵੀਡੀਓਜ਼ ਕੰਪੋਜੀਸ਼ਨ ਦੀਆਂ ਵੀਡੀਓਜ਼ ਇੰਗਲਿਸ਼ ਦੀਆਂ ਹੋਰ ਵੀਡੀਓਜ਼ ਵਾਚ ਕਰਨੀਆਂ ਨੇ ਟੇਕ ਕੇਅਰ ਬੇਟੇ ਸੀ ਯੂ ਬਾਏ